ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹੋਪ ਕਰਦਾ ਤੁਸੀਂ ਵੈਲ ਐਂਡ ਗੁੱਡ ਹੋਵੋਗੇ। ਤੇ ਕਹਿੰਦੇ ਕੈਨੇਡਾ ਦਾ ਟ੍ਰੈਵਲ ਬੈਨ ਹਟ ਚੁੱਕਿਆ, ਹੁਣ ਤੁਸੀਂ ਟ੍ਰੈਵਲ ਕਰ ਸਕਦੇ ਹੋ ਕੈਨੇਡਾ ਨੂੰ, ਠੀਕ ਹੈ? ਤੇ ਪੂਰਾ ਖੁਸ਼ ਹੈ, ਜਿਹੜਾ ਬੰਦਾ ਸਟੂਡੈਂਟ ਆ ਮਈ ਇਨਟੇਕ ਵਾਸਤੇ ਉਹ ਵੀ ਪੂਰਾ ਖੁਸ਼ ਆ, ਤੇ ਜਿਨ੍ਹਾਂ ਦੇ ਸਪਾਊਸ ਓਪਨ ਵਰਕ ਪਰਮਿਟ ਆਏ ਹੋਏ ਆ ਉਹ ਵੀ ਪੂਰਾ ਖੁਸ਼ ਆ ਵੀ ਅਸੀਂ ਹੁਣ ਆ ਸਕਦੇ ਹਾਂ, ਠੀਕ ਹੈ? ਜਿਨ੍ਹਾਂ ਦਾ ਆਪਾਂ ਨੂੰ PR ਦਾ ਪਰਮਾਨੈਂਟ ਰੈਜੀਡੈਂਸ ਦਾ ਵੀਜ਼ਾ ਅਪਰੂਵਡ ਹੋਇਆ ਕੈਨੇਡਾ ਲਈ, ਉਹ ਵੀ ਆ ਸਕਦੇ ਆ। ਪਰ ਆਪਾਂ ਸਾਰੇ ਵੀਰ ਹਰ ਇੱਕ ਵੀਡੀਓ ਨੂੰ ਧਿਆਨ ਨਾਲ ਸੁਣ ਰਹੇ ਹਾਂ ਜਿੱਥੇ ਆਪਾਂ ਨੂੰ ਅੰਦਰਲੀ ਗੱਲ ਨਹੀਂ ਦੱਸੀ ਜਾ ਰਹੀ, ਠੀਕ ਹੈ? ਇਹ ਸਾਰੀਆਂ ਗੱਲਾਂ, ਇਹ ਖਬਰਾਂ ਸਾਰੀਆਂ 20 ਮਾਰਚ ਦੇ ਜਿਹੜਾ ਓਟਾਵਾ ਤੋਂ, ਠੀਕ ਹੈ, ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਟ੍ਰੈਵਲ ਬੈਨ ਦੇ ਰਿਲੇਟਡ, ਠੀਕ ਹੈ, ਉਹਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਸ, ਬਹੁਤ ਸਾਰੇ ਨਿਊਜ਼ ਏਜੰਸੀਆਂ ਨੇ ਇਹ ਚੱਕਤਾ ਵੀ ਖੁਸ਼ਖਬਰੀ ਹੁਣ ਤੁਸੀਂ ਆ ਸਕਦੇ ਹੋ। ਬਟ ਉਹਦਾ ਅੰਦਰਲਾ ਸੱਚ ਹਜੇ ਕਿਸੇ ਨੂੰ ਵੀ ਨਹੀਂ ਪਤਾ, ਠੀਕ ਹੈ? ਜਿਹੜੀ ਗੱਲ ਉਹਨਾਂ ਨੇ ਪ੍ਰੈਸ ਨੋਟ ਤੇ ਆਲਰੇਡੀ ਲਿਖੀ ਹੋਈ ਆ ਉਹ ਗੱਲ ਕੋਈ ਵੀ ਨਹੀਂ ਦੱਸ ਰਿਹਾ, ਠੀਕ ਹੈ? ਇਹਦੇ ਵਿੱਚ ਨੁਕਸਾਨ ਕਿੰਨਾ ਦਾ ਹੋ ਰਿਹਾ? ਜਿਹੜੇ ਵੀਰ ਇਹ ਸੋਚ ਰਹੇ ਆ ਕਿ ਠੀਕ ਹੈ ਹੁਣ ਟ੍ਰੈਵਲ ਬੈਨ ਖੁੱਲ ਗਿਆ, ਠੀਕ ਹੈ, ਅਸੀਂ ਹੁਣ ਕੈਨੇਡਾ ਜਾ ਸਕਦੇ ਹਾਂ, ਕਈ ਵੀਰ ਟਿਕਟਾਂ ਕਰਾ ਕੇ ਕਾਲੇ ਹੋਏ ਪਏ ਆ ਕਿ ਆ ਜਾਈਏ ਆ ਜਾਈਏ ਆ ਜਾਈਏ। ਇੰਡੀਆ ਦੇ ਵਿੱਚ ਰਾਈਟ ਨਾਓ ਤਾਂ ਮੈਂ ਸੁਣਨ ਦੇ ਵਿੱਚ ਆਇਆ, ਮੈਨੂੰ ਸੁਣਨ ਦੇ ਵਿੱਚ ਆਇਆ ਕਿ ਕਾਫੀ ਜਗ੍ਹਾ ਤੇ ਕਰਫਿਊ ਧਾਰਾ 144 ਲੱਗੀ ਹੋਈ ਹੈ। ਸੋ ਬੜਾ ਜਾਣੀ ਕਿ ਕਸੂਤਾ ਜਿਹਾ ਮਾਹੌਲ ਬਣਿਆ ਹੋਇਆ, ਪਰ ਸਾਡੇ ਵੀਰ ਹਜੇ ਵੀ ਨਹੀਂ ਟਲਦੇ, ਠੀਕ ਹੈ ਯਾਰ? ਜੇ ਜਾਣ ਹੀ ਨਾ ਰਹੀ ਤਾਂ ਫਿਰ ਕੈਨੇਡਾ ਆਣ ਕੇ ਆਪਾਂ ਕੀ ਕਰਨਾ? ਸੋ ਸੇਫਟੀ ਪਹਿਲਾਂ ਰੱਖਿਆ ਕਰੋ ਸੱਜਣੋ, ਠੀਕ ਹੈ? ਇਹ ਨਹੀਂ ਹੈ ਕਿ ਕੈਨੇਡਾ ਨੇ ਟ੍ਰੈਵਲ ਬੈਨ ਦੀ ਇੱਕ ਪ੍ਰੈਸ ਨੋਟ ਜਾਰੀ ਕਰਤਾ, ਠੀਕ ਹੈ, ਤੁਸੀਂ ਉਹਨੂੰ ਲੈ ਕੇ ਪੂਰਾ ਤੁਸੀਂ ਖੁਸ਼, ਠੀਕ ਹੈ, ਝੋਲੇ ਬੈਗ ਜਾਣੀ ਕਿ ਪਿੰਨੀ ਵਾਲਾ ਲਿਫਾਫਾ ਵੀ ਸਾਰਾ ਕੁਛ ਤੁਸੀਂ ਭਰ ਲਿਆ, ਤੇ ਤੁਸੀਂ ਸੋਚ ਹੀ ਲਿਆ ਕਿ ਠੀਕ ਹੈ ਸਵੇਰ ਦੀ ਸਵੇਰੇ ਜੇ ਅੱਜ ਉਹਨਾਂ ਨੇ ਇਹ ਗੱਲ ਕੀਤੀ ਆ, ਠੀਕ ਹੈ, ਅਸੀਂ ਨਾਲ ਦੀ ਨਾਲ ਕੈਨੇਡਾ ਪਹੁੰਚ ਜਾਵਾਂਗੇ। ਵੀਰੋ ਏਦਾਂ ਨਹੀਂ ਹੈ। ਸੋ ਇਸ ਕਰਕੇ ਕਈ ਵੀਰ ਇਸ ਚੀਜ਼ ਨੂੰ ਲੈ ਕੇ ਗੁੰਮਰਾਹ ਹੋ ਰਹੇ ਆ, ਕਈ ਵੀਰ ਟਿਕਟਾਂ ਕਰਵਾ ਰਹੇ ਆ। ਬਟ ਵੀਰੋ ਹਜੇ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਜੋ ਵੀ ਤੁਸੀਂ ਡਿਸੀਜਨ ਲੈਣਾ ਤੁਸੀਂ ਲੈ ਸਕਦੇ ਹੋ, ਠੀਕ ਹੈ? ਜਿਹੜੀ ਅੰਦਰਲੀ ਗੱਲ ਮੈਂ ਤੁਹਾਨੂੰ ਦੱਸ ਦੇਣੀ ਅੱਜ ਵਾਲੀ ਇਸ ਵੀਡੀਓ ਦੇ ਵਿੱਚ, ਤੇ ਬਹੁਤ ਜ਼ਰੂਰੀ ਹੈ ਕਿਉਂਕਿ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਇਸ ਚੀਜ਼ ਨੂੰ ਲੈ ਕੇ, ਠੀਕ ਹੈ? ਹਜੇ ਸਾਡੇ ਵੀਰਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਚੀਜ਼ ਲਾਗੂ ਕੀਤੀ ਗਈ ਹੈ ਜਾਂ ਨਹੀਂ ਲਾਗੂ ਕੀਤੀ ਗਈ, ਠੀਕ ਹੈ, ਕਿ ਉਹਨਾਂ ਨੇ ਪ੍ਰੋਪਰਲੀ ਇਸ ਚੀਜ਼ ਤੇ ਮੋਸਟ ਵੈਲਕਮ ਕਹਿਤਾ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ, ਠੀਕ ਹੈ? ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਕਿ ਜਿਹੜਾ ਟ੍ਰੈਵਲ ਬੈਨ ਉਹਨਾਂ ਨੇ ਚੱਕਿਆ ਹੀ ਕਹਿ ਸਕਦੇ ਹਾਂ, ਜਿਹੜੇ ਸਾਡੇ ਵੀਰ ਕਹੀ ਜਾਂਦੇ ਕਿ ਟ੍ਰੈਵਲ ਬੈਨ ਹਟਾ ਤਾਂ ਠੀਕ ਹੈ ਅਸੀਂ ਕੈਨੇਡਾ ਆ ਸਕਦੇ ਹਾਂ। ਸੋ ਉਹਨਾਂ ਵੀਰਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਆ, ਜਿਹੜੇ ਵੀਰ ਕੈਨੇਡਾ ਲਈ ਆਉਣ ਨੂੰ ਪੂਰੇ ਤਿਆਰ ਬਰ ਤਿਆਰ ਤੇ ਘੋੜੇ ਆਪਦੇ ਰੇਸਾਂ ਦੇ ਵਿੱਚ ਭਜਾਉਣ ਨੂੰ ਤਿਆਰ ਬਰ ਤਿਆਰ ਹੋਏ ਬੈਠੇ ਆ। ਸੋ ਇਹ ਵੀਡੀਓ ਨੂੰ ਲਾਸਟ ਤੋਂ ਲੈ ਕੇ ਸ਼ੁਰੂ ਤੱਕ ਦੇਖ ਲਿਓ ਜਾਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖ ਲਿਓ, ਗੱਲ ਇੱਕੋ ਹੀ ਹੈ, ਠੀਕ ਹੈ? ਸਮਝ ਉਧਰਲੇ ਪਿੱਛੇ ਪਾਸਿਓਂ ਵੀ ਆ ਜਾਣੀ ਹੈ ਤੇ ਅਗਲੇ ਪਾਸਿਓਂ ਵੀ ਆ ਜਾਣੀ ਹੈ। ਤੇ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਟ੍ਰੈਵਲ ਬੈਨ ਦੀ ਗੱਲ ਹੋਈ, ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਕਿ ਟ੍ਰੈਵਲ ਬੈਨ ਹਟਾ ਦਿੱਤਾ ਗਿਆ, ਕਿੰਨਾ ਤੇ ਹਟਾਇਆ? ਜਿਹੜੇ ਟੈਂਪਰੇਰੀ ਵਰਕਰ ਆ, ਫੋਰਨਰ ਵਰਕਰ ਆ, ਠੀਕ ਹੈ ਜੀ, ਸਟੂਡੈਂਟ ਹੋ ਗਏ, ਪਰਮਾਨੈਂਟ ਰੈਜੀਡੈਂਸ ਵਾਲੇ PR ਵਾਲੇ ਹੋ ਗਏ, ਇੱਥੋਂ ਤੱਕ ਗੱਲ ਪੜ ਲਈ ਆ, ਠੀਕ ਹੈ? ਹੁਣ ਛਾਲਾਂ ਮਾਰਨੀਆਂ ਲੱਗ ਪੂਰੀਆਂ ਜ਼ੋਰ ਜ਼ੋਰ ਨਾਲ ਨੱਚੀ ਜਾਂਦੇ ਕਿ ਸਾਡੇ ਕੋਲੇ ਆਏ ਆ, ਸਾਡੇ ਕੋਲੇ ਜਮਾਂ, ਸਾਡੇ ਐ ਹੋ ਗਿਆ। ਬਟ ਵੀਰੇ ਉਹਨਾਂ ਨੇ ਇੱਕ ਗੱਲ ਵੀ ਕਹੀ ਆ ਉਸ ਪ੍ਰੈਸ ਨੋਟ ਦੇ ਵਿੱਚ ਜਿਹੜਾ ਓਟਾਵਾ ਤੋਂ ਜਾਰੀ ਹੋਇਆ 20 ਮਾਰਚ ਨੂੰ, ਵੀ ਜਿਨ੍ਹਾਂ ਜਿਨ੍ਹਾਂ ਦੇ ਵੀਜ਼ੇ ਇਸ ਕੈਟੇਗਰੀ ਦੇ ਵਿੱਚ 18 ਮਾਰਚ ਤੋਂ ਪਹਿਲਾਂ ਆਏ ਆ ਉਹ ਟ੍ਰੈਵਲ ਕਰ ਸਕਦੇ ਆ, ਠੀਕ ਹੈ? ਤੇ PR ਜਿਨ੍ਹਾਂ ਦੀ ਅਪਰੂਵਡ ਹੋਈ ਆ 16 ਮਾਰਚ ਤੋਂ ਪਹਿਲਾਂ 2020, ਠੀਕ ਹੈ, ਉਹ ਟ੍ਰੈਵਲ ਕਰ ਸਕਦੇ ਆ। ਬਟ ਉਹਨਾਂ ਨੇ ਥੱਲੇ ਇੱਕ ਚੀਜ਼ ਵੀ ਲਿਖੀ ਹੋਈ ਆ, ਉਹ ਕਿਸੇ ਨੇ ਨਹੀਂ ਪੜ੍ਹੀ, ਉਹ ਚੀਜ਼ ਪੜ੍ਹਨੀ ਵੀ ਨਹੀਂ ਤੇ ਨਾ ਹੀ ਕਿਸੇ ਨੇ ਦੱਸੀ ਆ ਕਿ ਜਿਹੜੀ ਇਹ ਪ੍ਰੈਸ ਨੋਟ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਆ ਉਹ ਹਜੇ ਅਸੀਂ ਜਾਰੀ ਨਹੀਂ ਕੀਤੀ, ਠੀਕ ਹੈ? ਇਹ ਨਹੀਂ ਹੈ ਕਿ ਤੁਸੀਂ ਛਾਲਾ ਮਾਰਨ ਲੱਗ ਗਏ ਕਿ ਠੀਕ ਹੈ ਉਹਨਾਂ ਨੇ ਕਹਿਤਾ ਕਹਿਤਾ। ਬਟ ਉਹਨਾਂ ਨੇ ਥੱਲੇ ਇੱਕ ਚੀਜ਼ ਵੀ ਲਿਖੀ ਆ, ਉਹ ਵੀ ਚੀਜ਼ ਪੜਿਆ ਕਰੋ, canada.ca ਤੇ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਪਾਇਆ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਗੱਲ ਲਿਖੀ ਹੈ ਕਿ ਅਸੀਂ ਨੈਕਸਟ ਵੀਕ ਅਨਾਊਂਸਮੈਂਟ ਕਰਾਂਗੇ, ਦੱਸਾਂਗੇ ਤੁਹਾਨੂੰ। ਸੋ ਫਿਲਹਾਲ ਵੀਰੋ ਜੇ ਤੁਸੀਂ ਟ੍ਰੈਵਲ ਕਰਨ ਵਾਸਤੇ ਸੋਚ ਰਹੇ ਹੋ, ਠੀਕ ਹੈ, ਤਾਂ ਤੁਸੀਂ ਇੱਕ ਗੱਲ ਦਾ ਧਿਆਨ ਰੱਖ ਲਿਓ ਕਿ ਹਜੇ ਉਹਨਾਂ ਨੇ ਪ੍ਰੋਪਰਲੀ ਇਸ ਚੀਜ਼ ਨੂੰ ਲਾਗੂ ਨਹੀਂ ਕੀਤਾ। ਛਾਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਆ,
ਠੀਕ ਹੈ, ਹਰ ਇੱਕ ਚੀਜ਼ ਨੂੰ ਧਿਆਨ ਰੱਖੋਗੇ ਤਾਂ ਤੁਹਾਨੂੰ ਫਾਇਦਾ ਮਿਲ ਜੂਗਾ। ਚਲੋ ਮੰਨ ਲੈਂਦੇ ਹਾਂ ਕਿ ਠੀਕ ਹੈ ਵੀ ਉਹਨਾਂ ਨੇ ਜਾਰੀ ਕਰਤਾ, ਜਾਰੀ ਕਰਨ ਤੋਂ ਬਾਅਦ ਜਦੋਂ ਇੱਥੇ ਆਣ ਕੇ ਟਰਮਸ ਐਂਡ ਕੰਡੀਸ਼ਨ ਤੁਹਾਡੀਆਂ ਇਹ ਹੋ ਜਾਣੀਆਂ ਕਿ 14 ਦਿਨ ਵਾਸਤੇ ਤੁਹਾਨੂੰ ਇੱਕ ਕਮਰੇ ਦੇ ਵਿੱਚ ਰੱਖਿਆ ਜਾਊਗਾ। ਜੇ ਤੁਸੀਂ ਇੰਡੀਆ ਤੋਂ ਸਿੱਧੀ ਕੈਨੇਡਾ ਦੀ ਡਾਇਰੈਕਟ ਫਲਾਈਟ ਲੈ ਕੇ ਆ ਰਹੇ ਹੋ, ਠੀਕ ਹੈ, ਕਿਉਂਕਿ ਇੰਡੀਆ ਤੋਂ ਸਿੱਧੀਆਂ ਆਲਮੋਸਟ ਹੁਣ ਡਾਇਰੈਕਟ ਹੀ ਆਉਣਗੀਆਂ, ਹੁਣ ਦੂਜੀਆਂ ਕੰਟਰੀਆਂ ਨੇ ਤਾਂ ਆਲਮੋਸਟ ਆਪਦਾ ਕੰਮ ਕਰ ਰੱਖਿਆ ਹੋਇਆ। ਸੋ ਇਸ ਕਰਕੇ ਤੁਸੀਂ ਕੈਨੇਡਾ ਵੀ ਆਉਣੇ ਹੋ, ਠੀਕ ਹੈ, 14 ਦਿਨ ਵਾਸਤੇ ਤੁਹਾਨੂੰ ਅਲੱਗ ਰੱਖਿਆ ਜਾਊਗਾ, ਆਈਸੋਲੇਟਡ ਕੀਤਾ ਜਾਊਗਾ, ਤੇ ਜਾਂ ਤੁਹਾਨੂੰ ਇੱਕ ਘਰ ਦੇ ਵਿੱਚ ਕਮਰੇ ਦੇ ਵਿੱਚ ਰਹਿਣਾ ਪੈ ਸਕਦਾ 14 ਦਿਨ ਵਾਸਤੇ, ਕਿਉਂਕਿ ਸੇਫਟੀ ਪਹਿਲਾਂ। ਜੇ ਜਾਣ ਰਹੀ ਤਾਂ ਪਤੰਦਰੋਂ ਕੈਨੇਡਾ ਆਣ ਕੇ ਕੰਮ ਕਰ ਲਾਂਗੇ, ਪਰ ਸਾਡੇ ਵੀਰ ਨਹੀਂ ਇਸ ਚੀਜ਼ ਨੂੰ ਲੈ ਕੇ ਸੀਰੀਅਸ ਹੀ ਨਹੀਂ ਹੋ ਰਹੇ, ਪਤੰਦਰ ਗੱਲ ਹੀ ਨਹੀਂ ਸੁਣਦੇ, ਠੀਕ ਹੈ। ਉਹ ਤਾਂ ਬਸ ਇੱਕ ਹੈ ਕਿ ਠੀਕ ਹੈ ਵੀ ਬਾਈ ਜਾਣਾ ਹੁਣ ਕੈਨੇਡਾ, ਜਾਣਾ ਕੈਨੇਡਾ ਜਾਣਾ, ਠੀਕ ਹੈ, ਸਾਡਾ ਵੀਜ਼ਾ ਲੱਗ ਗਿਆ। ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਕਹਿਣਾ ਕਿ ਹਜੇ ਵੇਟ ਕਰ ਲਓ, ਹਜੇ ਟਿਕਟਾਂ ਨਾ ਕਰਾਇਓ, ਜਿੰਨਾ ਚਿਰ ਉਹਨਾਂ ਦਾ ਪ੍ਰੈਸ ਨੋਟ ਨੈਕਸਟ ਵਾਲਾ ਨੈਕਸਟ ਅਨਾਊਂਸਮੈਂਟ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਉੜਦਾ ਤੀਰ ਨਾ ਲਓ। ਜੇ ਤੁਸੀਂ ਉੜਦਾ ਤੀਰ ਲਓਗੇ ਤਾਂ ਤੁਹਾਡੀ ਜਿਹੜਾ ਟਿਕਟ ਵਾਲਾ ਹਰਜਾਨਾ ਵੀ ਠੀਕ ਹੈ ਤੁਹਾਨੂੰ ਭੁਗਤਣ ਨੂੰ ਮਿਲ ਸਕਦਾ, ਵੀ ਠੀਕ ਹੈ ਦਿੱਕਤ ਆ ਸਕਦੀ ਹੈ। ਫਿਰ ਇਹਦੇ ਨਾਲੋਂ ਚੰਗਾ ਕਿ ਤੁਸੀਂ ਆਰਾਮ ਨਾਲ, ਹਜੇ ਇੱਥੇ ਆਣ ਕੇ ਕਰਨਾ ਵੀ ਕੀ ਹੈ, ਸਾਰਾ ਕੁਛ ਤਾਂ ਇੱਥੇ ਬੰਦ ਹੈ, ਪਰ ਹਜੇ ਕਈਆਂ ਨੇ ਇਹ ਵੀ ਗੱਲ ਕਹਿਣੀ ਹੈ ਵੀਡੀਓ ਨੂੰ ਦੇਖ ਕੇ ਕਿ ਕੁਛ ਨਹੀਂ ਬੰਦ, ਸਾਰਾ ਕੁਛ ਨਾਰਮਲ ਚੱਲ ਰਿਹਾ, ਵੀਰੇ ਪ੍ਰੋਪਰ ਤਰੀਕੇ ਨਾਲ ਜਿਹੜਾ ਕੰਮ ਕਰ ਆ ਉਹ ਪੂਰਾ ਠਾਪਾ। ਸਮਝਿਆ ਕਰੋ ਹਰ ਇੱਕ ਚੀਜ਼, ਵੀਜ਼ਾ ਲੱਗ ਗਿਆ ਬਹੁਤ ਵਧੀਆ ਗੱਲ ਹੈ, ਮੈਨੂੰ ਖੁਸ਼ੀ ਹੈ ਤੁਹਾਡਾ ਵੀਜ਼ਾ ਲੱਗਿਆ, ਪਰ ਹਰ ਇੱਕ ਚੀਜ਼ ਨੂੰ ਇੱਕ ਧਿਆਨ ਦੇ ਨਾਲ ਦੇਖਿਆ ਕਰੋ, ਧਿਆਨ ਦੇ ਨਾਲ ਪੜ੍ਹਿਆ ਕਰੋ। ਇਹ ਨਹੀਂ ਹੈ ਕਿ ਤੁਸੀਂ ਇੱਕ ਬੰਦੇ ਦੀ ਖਬਰ ਸੁਣ ਲਈ ਆ, ਠੀਕ ਹੈ ਸਾਰਾ ਕੁਛ ਸੁਣ ਲਿਆ, ਤੁਸੀਂ ਤੰਗੜ ਪੱਟੀਆ ਆਪਦਾ ਪਾ ਕੇ ਤਿਆਰ ਹੋ ਗਏ ਆ ਪੂਰੇ। ਸੋ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਆ, ਠੀਕ ਹੈ। ਫਿਰ ਤੁਸੀਂ ਏਅਰਪੋਰਟ ਤੋਂ ਮੁੜਨਾ ਕੋਈ ਫਾਇਦਾ, ਜੇ ਬਗਾਨਿਆਂ ਨੇ ਉੱਥੋਂ ਜਹਾਜ਼ ਹੀ ਨੇ ਚੜ੍ਹਨ ਦਿੱਤਾ, ਜੇ ਫਲਾਈਟ ਹੀ ਨਾ ਮਿਲੀ ਤੁਹਾਨੂੰ ਤਾਂ ਤੁਹਾਡੀਆਂ ਟਿਕਟਾਂ ਕਰਾਈਆਂ ਦਾ ਕੀ ਫਾਇਦਾ। ਇਸ ਕਰਕੇ ਮੈਂ ਕਹਿੰਦਾ ਹੁੰਦਾ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਏਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਹਿਲਾਂ CIC ਦੀ ਵੈਬਸਾਈਟ ਤੇ ਜਾਓ, canada.ca ਤੇ ਜਾਓ, ਠੀਕ ਹੈ, ਅੰਬੈਸੀ ਤੋਂ ਇਨਫੋਰਮੇਸ਼ਨ ਮੰਗੋ, ਇੰਡੀਅਨ ਅੰਬੈਸੀ ਤੋਂ ਮੰਗੋ ਕਿ ਅਸੀਂ ਟਰੈਵਲ ਕਰ ਸਕਦੇ ਹਾਂ ਜਾਂ ਕੋਈ ਹੋਰ ਚੀਜ਼ ਹੈ, ਕੋਈ ਵੀ ਚੀਜ਼ ਹੈ, ਹਰ ਇੱਕ ਚੀਜ਼ ਨੂੰ ਕਲੀਅਰ ਕਰਿਆ ਕਰੋ। ਇਹ ਨਹੀਂ ਹੈ ਕਿ ਤੁਸੀਂ ਇੱਕ ਚੀਜ਼ ਨੂੰ ਪੜ੍ਹ ਲਿਆ ਸੁਣ ਲਿਆ ਤੁਸੀਂ ਉਹਦੇ ਤੇ ਗੌਰ ਕਰਨ ਲੱਗ ਜਾਂਦੇ ਆ, ਜੋ ਵੀ ਕੁਛ ਹੋ ਰਿਹਾ ਵੀਰੇ ਉਹ ਆਪਣੀ ਸੇਫਟੀ ਲਈ ਹੋ ਰਿਹਾ। ਪਰ ਨਹੀਂ ਯਾਰ, ਮੇਰੇ ਹਿਸਾਬ ਨਾਲ ਨਾ ਅਸੀਂ ਨਹੀਂ ਸਮਝ ਸਕਦੇ, ਵੀਜ਼ਾ ਲੱਗ ਗਿਆ ਬਹੁਤ ਵਧੀਆ ਗੱਲ ਆ। ਹੁਣ ਕਈ ਭਰਾ ਇਹ ਵੀ ਇਸ ਵੀਡੀਓ ਦੇ ਵਿੱਚ ਸੋਚ ਰਹੇ ਹੋਣਗੇ ਵੀ ਭਰਾ ਤੂੰ ਤਾਂ ਬੈਠਾ, ਤੂੰ ਕਿਉਂ ਨਹੀਂ ਆ ਰਿਹਾ ਇੱਥੇ, ਅਸੀਂ ਵੀ ਘਰੇ ਹੀ ਬੈਠੇ ਆ ਪਤੰਦਰੋਂ, ਠੀਕ ਹੈ। ਜਿਹੜੇ ਬੰਦੇ ਕਹਿ ਦਿੰਦੇ ਕਿ ਕੰਮ ਬਹੁਤ ਵਧੀਆ ਚੱਲ ਰਿਹਾ, ਕਿਹੜਾ ਕਹਿੰਦਾ ਕੰਮ ਬਹੁਤ ਵਧੀਆ ਚੱਲੀ ਜਾਂਦਾ, ਉਹਨਾਂ ਨੂੰ ਪੁੱਛੋ ਜਿਨ੍ਹਾਂ ਦਾ ਕੰਮ ਕਾਰ ਬੰਦ ਕਰਕੇ ਘਰੇ ਬਿਠਾਇਆ, ਜਿਨ੍ਹਾਂ ਨੂੰ ਘੰਟੇ ਨਹੀਂ ਮਿਲ ਰਹੇ ਪੂਰੇ, ਜੇ ਭੁੱਖੇ ਮਰਨਾ ਤਾਂ ਆ ਜਾਓ ਫਿਰ, ਜੇ ਤੁਸੀਂ ਆਪਦਾ ਐਕਸਪੈਂਸ ਕੈਰੀ ਕਰ ਸਕਦੇ ਹੋ ਇੱਥੇ ਆਣ ਕੇ ਖਰਚਾ ਕਰ ਸਕਦੇ ਹੋ, ਠੀਕ ਹੈ ਤਾਂ ਮੋਸਟ ਵੈਲਕਮ, ਆ ਜਾਓ, ਕੋਈ ਚੱਕਰ ਨਹੀਂ ਆ, ਠੀਕ ਹੈ। ਮੇਰਾ ਕੰਮ ਹੁੰਦਾ ਤੁਹਾਨੂੰ ਇੱਕ ਚੀਜ਼ ਤੇ ਦੱਸਣਾ, ਬਾਕੀ ਤੁਸੀਂ ਅਮਲ ਕਰਨਾ ਉਸ ਚੀਜ਼ ਨੂੰ ਲੈ ਕੇ ਜਾਂ ਨਹੀਂ ਅਮਲ ਕਰਨਾ ਉਹ ਤੁਹਾਡੇ ਤੇ ਆ। ਸੋ ਹਮੇਸ਼ਾ ਅਗਲੇ ਮੈਂ ਤੁਹਾਨੂੰ ਇਹੀ ਸਲਾਹ ਦੇਣਾ, ਚਾਹੇ ਤੁਸੀਂ ਸਟੂਡੈਂਟ ਹੋ, ਚਾਹੇ ਤੁਸੀਂ ਟੈਂਪਰੇਰੀ ਫੋਰਨਰ ਵਰਕਰ ਹੋ, ਠੀਕ ਹੈ, ਜਾਂ PR ਹੋਲਡਰ ਹੋ, ਤਾਂ ਪਲੀਜ਼ ਰਿਕੁਐਸਟ ਆ, ਠੀਕ ਹੈ, ਨੈਕਸਟ ਅਨਾਊਂਸਮੈਂਟ ਦੀ ਵੇਟ ਕਰੋ, ਦੈਨ ਜਾ ਕੇ ਤੁਸੀਂ ਆਪਦੀਆਂ ਜਿਹੜੀਆਂ ਵੀ ਟਿਕਟਾਂ ਕਰਾਉਣੀਆਂ ਟਿਕਟਾਂ ਕਰਵਾ ਲਓ, ਜੋ ਵੀ ਕਰਵਾਉਣਾ ਹਰ ਇੱਕ ਚੀਜ਼ ਨੂੰ ਕਲੀਅਰ ਕਰੋ, ਠੀਕ ਹੈ, ਤੇ ਆਪਦੇ ਹੈਲਥ ਨੂੰ ਲੈ ਕੇ ਅਵੇਅਰ ਹੋ ਜਾਓ ਥੋੜ੍ਹਾ ਜਿਹਾ। ਇਹ ਨਹੀਂ ਹੈ ਕਿ ਕੈਨੇਡਾ ਜ਼ਰੂਰੀ ਆ, ਕੈਨੇਡਾ ਤਾਂ ਆਪਾਂ 2-4 ਦਿਨ ਲੇਟ ਵੀ ਆ ਜਾਵਾਂਗੇ। ਸੋ ਬਾਕੀ ਮਈ ਇਨਟੇਕ ਵਾਲੇ ਜਿਹੜੇ ਵਿਦਿਆਰਥੀ ਆ, ਜਿਹੜੇ ਸਟੂਡੈਂਟ ਆ, ਠੀਕ ਹੈ, ਉਹਨਾਂ ਲਈ ਵਧੀਆ ਗੱਲ ਆ, ਠੀਕ ਹੈ ਕਿ ਉਹਨਾਂ ਦਾ ਆਪਦਾ ਫਿਊਚਰ ਵਧੀਆ ਇੱਥੇ ਆਣ ਕੇ ਹੋ ਜਾਊਗਾ। ਬਟ ਵੀਰਿਓ ਫਿਊਚਰ ਵੀ ਤਾਂ ਹੀ ਵਧੀਆ ਹੋਊਗਾ ਜੇ ਤੁਸੀਂ ਪ੍ਰੋਪਰਲੀ ਇੱਕ ਫਿੱਟ ਵਧੀਆ ਇਨਵਾਇਰਮੈਂਟ ਚ ਆਉਂਗੇ। ਸੋ ਇਸ ਕਰਕੇ ਹਰ ਇੱਕ ਬੰਦੇ ਨੂੰ ਰਿਕੁਐਸਟ ਆ, ਠੀਕ ਹੈ, ਵੀ ਹਜੇ ਵੇਟ ਕਰੋ, ਲੋਕਾਂ ਦੀਆਂ ਗੱਲਾਂ ਤੇ ਖਬਰਾਂ ਤੇ ਨਾ ਜਾਓ, ਜਿੱਦਣ ਨੈਕਸਟ ਅਨਾਊਂਸਮੈਂਟ ਹੋਊਗੀ, ਠੀਕ ਹੈ, ਉਦੋਂ ਤੁਹਾਨੂੰ ਪ੍ਰੋਪਰਲੀ ਉਹਨਾਂ ਨੇ ਇਨਫੋਰਮ ਕਰ ਦੇਣਾ, ਤੁਹਾਨੂੰ ਪਤਾ ਲੱਗ ਜਾਣਾ ਕਿ ਠੀਕ ਹੈ ਰਾਈਟ ਨਾਓ ਤੁਸੀਂ ਟਰੈਵਲ ਕਰਨ ਵਾਸਤੇ ਰੈਡੀ ਹੋ, ਤੁਸੀਂ ਟਰੈਵਲ ਕਰ ਸਕਦੇ ਹੋ। ਬਟ ਜਿਹੜੇ ਉਹਨਾਂ ਨੇ ਪਿਛਲੇ 20 ਮਾਰਚ ਵਾਲੇ ਪ੍ਰੈਸ ਨੋਟ ਦੇ ਵਿੱਚ ਲਿਖਿਆ ਸੀ, ਉਹਨਾਂ ਨੇ ਕਿਹਾ ਵੀ ਹਜੇ ਅਸੀਂ ਲਾਗੂ ਨਹੀਂ ਕੀਤਾ ਇਹ ਚੀਜ਼, ਠੀਕ ਹੈ, ਬਟ ਨੈਕਸਟ ਵੀਕ ਅਸੀਂ ਅਨਾਊਂਸਮੈਂਟ ਕਰਾਂਗੇ, ਉਹਦੇ ਵਿੱਚ ਅਸੀਂ ਦੱਸ ਸਕਦੇ ਹਾਂ ਵੀ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਸੋ ਇਸ ਗੱਲ ਦਾ ਧਿਆਨ ਰੱਖਿਆ ਕਰੋ, ਠੀਕ ਹੈ, ਹਮੇਸ਼ਾ ਕੋਈ ਵੀ ਅਪਡੇਟ ਲੈਣਾ ਤੁਸੀਂ canada.ca ਤੇ ਜਾਓ, ਠੀਕ ਹੈ, ਉੱਥੇ ਹਰ ਇੱਕ ਚੀਜ਼
ਤੁਹਾਨੂੰ ਉਪਲਬਧ ਕਰਵਾਈ ਜਾਂਦੀ ਹੈ, ਹਰ ਇੱਕ ਇਨਫੋਰਮੇਸ਼ਨ ਉਪਲਬਧ ਕਰਵਾਈ ਜਾਂਦੀ ਹੈ। ਠੀਕ ਹੈ, ਕਈ ਯੂਟਿਊਬਰ ਆਪਦੇ ਫਾਇਦੇ ਲਈ ਇਹ ਚੀਜ਼ਾਂ ਦਾ ਮਿਸਯੂਜ਼ ਕਰ ਰਹੇ ਆ। ਸੋ ਵੀਰੋ, ਕਿਸੇ ਦੇ ਫਿਊਚਰ ਨਾਲ ਖਿਲਵਾੜ ਨਾ ਕਰੋ, ਰਿਕੁਐਸਟ ਆ। ਠੀਕ ਹੈ, ਜੋ ਵੀ ਸਹੀ ਇਨਫੋਰਮੇਸ਼ਨ ਆ ਪਲੀਜ਼ ਉਹੀ ਦੱਸਿਆ ਕਰੋ। ਇਹ ਨਹੀਂ ਹੈ ਕਿ ਤੁਸੀਂ ਵਧਾ ਚੜਾ ਕੇ ਤੁਸੀਂ ਇੱਕ ਗੱਲ ਦੱਸ ਦਿੰਦੇ ਹੋ, ਉਹਦੇ ਮਗਰ ਵਾਲਾ ਪੂਰਾ ਸੱਚ ਵੀ ਦੱਸਿਆ ਕਰੋ। ਸੋ ਨੁਕਸਾਨ ਆਪਣੇ ਭੈਣ ਭਰਾਵਾਂ ਦਾ ਹੀ ਆ, ਕਿਸੇ ਦਾ ਕੋਈ ਨੁਕਸਾਨ ਨਹੀਂ ਆ। ਸੋ ਇਸ ਕਰਕੇ ਬੇਨਤੀ ਆ, ਇਹ ਵੀਡੀਓ ਵੱਧ ਤੋਂ ਵੱਧ ਜੇ ਤੁਸੀਂ ਸ਼ੇਅਰ ਕਰ ਸਕਦੇ ਹੋ, ਅਵੇਅਰ ਕਰਿਆ ਕਰੋ ਯਾਰ। ਜੇ ਤੁਹਾਨੂੰ ਕੋਈ ਵੀ ਚੀਜ਼ ਚੰਗੀ ਮਿਲਦੀ ਹੈ ਨਾ, ਕੋਈ ਵੀ ਇਨਫੋਰਮੇਸ਼ਨ ਵਧੀਆ ਮਿਲਦੀ ਹੈ, ਤਾਂ ਪਲੀਜ਼ ਅੱਗੇ ਸ਼ੇਅਰ ਕਰਿਆ ਕਰੋ। ਠੀਕ ਹੈ, ਸੋ ਮੇਰੀ ਬੇਨਤੀ ਹੈ ਕਿ ਨੈਕਸਟ ਅਨਾਊਂਸਮੈਂਟ ਜਿਹੜੀ ਹੋਣੀ ਹੈ ਕੈਨੇਡੀਅਨ ਗੌਰਮੈਂਟ ਦੀ, ਇਸ ਬੈਨ ਨੂੰ ਲੈ ਕੇ ਤੁਸੀਂ ਉਸਦਾ ਵੇਟ ਕਰੋ। ਬਟ ਰਾਈਟ ਨਾਓ ਹਜੇ ਉਹਨਾਂ ਨੇ ਕਿਹਾ ਤਾਂ ਹੈ ਕਿ ਬੈਨ ਖੁੱਲ ਚੁੱਕਿਆ, ਬਟ ਪ੍ਰੋਪਰਲੀ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਕੁਛ ਨਹੀਂ ਕਿਹਾ। ਸੋ ਪ੍ਰੈਸ ਨੋਟ ਵੀ ਤੁਸੀਂ ਪੜ੍ਹ ਸਕਦੇ ਹੋ, ਹਰ ਇੱਕ ਚੀਜ਼ ਨੂੰ ਲੈ ਕੇ ਤੁਸੀਂ canada.ca ਤੇ ਸਰਚ ਕਰ ਸਕਦੇ ਹੋ। ਠੀਕ ਹੈ ਜੀ, ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ। ਠੀਕ ਹੈ, ਤੇ ਅੱਗੇ ਜ਼ਰੂਰ ਸ਼ੇਅਰ ਕਰਨੀ ਹੈ, ਕਿਉਂਕਿ ਕਿਸੇ ਭਰਾ ਦਾ ਨੁਕਸਾਨ ਨਾ ਹੋ ਸਕੇ ਤੇ ਸਹੀ ਇਨਫੋਰਮੇਸ਼ਨ ਅਗਲੇ ਭਰਾ ਤੱਕ ਪਹੁੰਚ ਸਕੇ। ਸੋ ਬਾਕੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ, ਕਿਉਂਕਿ ਆਲਵੇਜ਼ ਆਪਾਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ।